ਵੱਲੋਂ ਤਲਬ ਕੀਤਾ ਗਿਆ। ਦੇਸ਼ ਤੋਂ ਸਭ ਤੋਂ ਵੱਡੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਤਲਬ ਕੀਤਾ ਗਿਆ। NIA ਨੇ 19 ਸਪਟੈਂਬਰ ਨੂੰ ਦਿੱਲੀ 'ਚ ਪੇਸ਼ ਹੋਣ ਦੇ ਹੁਕਮ ਜੋ ਨੇ ਉਹ ਦਿੱਤੇ ਗਏ। ਦਰਅਸਲ ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਨੇ ਸੁਖਰਾਜ ਸਿੰਘ। ਹਾਲ ਹੀ 'ਚ NIA ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਅਤੇ ਅੰਮ੍ਰਿਤਪਾਲ ਸਿੰਘ ਦੇ ਤਮਾਮ ਸਾਥੀਆਂ ਦੇ ਘਰ ਖੰਗਾਲੇ ਗਏ ਸੀ। ਮੇਰੇ ਨਾਲ ਮੇਰੇ ਸਹਿਯੋਗੀ ਦੇਵਾਨੰਦ ਫੋਨ ਲਾਈਨ 'ਤੇ ਮੌਜੂਦ ਨੇ। ਦੇਵਾਨੰਦ, NIA ਨੇ 19 ਸਪਟੈਂਬਰ ਨੂੰ ਸੁਖਰਾਜ ਸਿੰਘ ਨੂੰ ਤਲਬ ਕੀਤਾ ਹੈ, ਕੀ ਕੁਝ ਕਾਰਨ? ਬਿਲਕੁਲ ਦਾਦੀ, ਕਿਉਂਕਿ ਪਿਛਲੇ ਦਿਨ ਕਾਫੀ ਸਾਲਾਂ ਤੋਂ ਸੁਖਰਾਜ ਸਿੰਘ MLA ਨੇ, ਪਰ ਜਿਹੜੇ ਪੁਲਿਸ ਨੇ ਇਹਨਾਂ ਦੇ ਪਿਤਾ ਜੀ ਜਿਹੜੇ ਸ਼ਹੀਦ ਹੋ ਗਏ ਸੀ ਗੋਲੀਕਾਂਡ, ਤਾਂ ਇਹ ਕਾਫੀ ਜ਼ਿਆਦਾ ਨੈਗੇਟਿਵ ਸੀ। ਇਸ ਤੋਂ ਪਹਿਲਾਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਕੋਲੇ ਜਿਹੜਾ ਗਰਮ ਧੜੇ ਦੇ ਲੋਕ ਜਿਹੜੇ ਆਉਂਦੇ ਸੀ, ਤੇ ਇਸ ਕਰਕੇ ਜਿਹੜੀ ਕੱਲ ਰਾਤ ਦੇਰ ਰਾਤ ਇਹਨਾਂ ਨੂੰ ਸੰਮਨ ਨੋਟਿਸ ਕਰਵਾਇਆ ਗਿਆ ਕਿ 19 ਸਤੰਬਰ ਨੂੰ ਜਿਹੜਾ ਦਿੱਲੀ ਦੇ ਮੁੱਖ ਦਫ਼ਤਰ ਹੈੱਡ ਆਫਿਸ ਉੱਤੇ ਪਹੁੰਚੋ, ਤਾਂ ਹਜੇ ਤੱਕ ਉਹਨਾਂ ਨੂੰ 160 CRPC ਦਾ ਜਿਹੜਾ ਸੰਮਨ ਆਇਆ, ਜਿਹੜਾ ਬਤੌਰ ਗਵਾਹ ਬੁਲਾਇਆ ਜਾਂਦਾ, ਤਾਂ ਬਾਕੀ ਜਾਣਕਾਰੀ ਇਹਨਾਂ ਨੂੰ ਉੱਥੇ ਜਾ ਕੇ ਦਿੱਤੀ ਜਾਵੇ। ਕਿਉਂਕਿ ਦਾਦੀ, ਸੁਖਰਾਜ ਸਿੰਘ ਕਾਫੀ ਐਕਟਿਵ ਰਹੇ ਨੇ, ਕਾਫੀ ਜਿੱਥੇ ਮੇਰੇ ਲੋਕ ਇਹਨਾਂ ਕੋਲੇ ਉਦੋਂ ਧਰਨੇ 'ਚ ਆਉਂਦੇ ਰਹੇ ਨੇ, ਕਾਫੀ ਲੋਕ ਆ ਜਿਹੜੇ ਬਾਹਰੋਂ ਵੀ ਇਹਨਾਂ ਨੂੰ ਫੰਡਿੰਗ ਕਰਦੇ ਰਹੇ ਸੀ, ਕਾਫੀ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਹੋ ਸਕਦੇ ਨੇ, ਕਿਉਂਕਿ ਹਜੇ ਤੱਕ ਗਵਾਹ ਦੇ ਤੌਰ 'ਤੇ 160 CRPC ਦਾ ਸੰਮਨ ਹੈ, ਉਹ ਇਹਨਾਂ ਨੂੰ ਨੋਟਿਸ ਜਿਹੜਾ ਉਹ ਇਹਨਾਂ ਨੂੰ ਰਿਸੀਵ ਕਰਵਾਇਆ ਗਿਆ। ਇਸ ਤੋਂ ਬਾਅਦ ਜਿਹੜਾ ਸੁਖਰਾਜ ਸਿੰਘ ਦਿੱਲੀ ਪਹੁੰਚਣ ਵਾਲੇ ਸੀ, ਤਾਂ ਉਸ ਤੋਂ ਬਾਅਦ ਕਈ ਦਿਨ ਇਨਵੈਸਟੀਗੇਟ ਸਾਹਮਣੇ ਪੇਸ਼ ਹੋ ਕੇ ਪਤਾ ਲੱਗੇ ਕਿ ਆਖਰਕਾਰ ਕਿਹਦੇ ਸੰਬੰਧ ਵਿੱਚ ਗਵਾਹੀ ਰੱਖੀ ਗਈ ਹੈ, ਤਾਂ ਕਿਹੜੇ ਸਵਾਲ ਆ ਜਿਹੜੇ ਇਹਨਾਂ ਤੋਂ ਹੋਣੇ ਨੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਦੇਵਾਨੰਦ ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਤੇ NIA ਦੇ ਵੱਲੋਂ 19 ਸਪਟੈਂਬਰ ਨੂੰ ਤਲਬ ਕੀਤਾ ਗਿਆ, ਸੰਮਨ ਜਾਰੀ ਕੀਤਾ ਗਿਆ, ਜਿਸ ਕਿ ਤਸਵੀਰ ਤੁਸੀਂ ਵੇਖ ਪਾ ਰਹੇ ਹੋ। ਹਾਲਾਂਕਿ ਵੇਖਣਾ ਹੋਏਗਾ ਕਿ ਸੁਖਰਾਜ ਸਿੰਘ ਪੇਸ਼ ਹੁੰਦੇ ਨੇ ਨਹੀਂ ਹੁੰਦੇ। ਕਾਫੀ ਲੰਬੇ ਸਮੇਂ ਤੋਂ ਸੁਖਰਾਜ ਸਿੰਘ ਦੇ ਵੱਲੋਂ ਬਹਿਬਲ ਕਲਾ ਇਨਸਾਫ ਮੋਰਚਾ ਜੋ ਹੈ ਲਗਾਇਆ ਗਿਆ ਹੈ, ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕਈ ਜੋ ਵੱਡੇ ਚਿਹਰੇ ਨੇ ਉਹ ਸੁਖਰਾਜ ਸਿੰਘ ਨੂੰ ਮਿਲਣ ਇਸ ਮੋਰਚੇ 'ਚ ਪਹੁੰਚਦੇ ਸੀ, ਬਾਹਰੋਂ ਫੰਡਿੰਗ ਵੀ ਉਹਨਾਂ ਨੂੰ ਹੁੰਦੀ ਸੀ ਅਤੇ ਤਮਾਮ ਕਈ ਤਰ੍ਹਾਂ ਦੇ ਸਵਾਲ ਜੋ ਨੇ NIA ਦੇ ਵੱਲੋਂ ਇਸ ਤਮਾਮ ਮੁੱਦੇ ਨੂੰ ਲੈ ਕੇ ਪੁੱਛੇ ਜਾ ਸਕਦੇ ਨੇ। ਅੱਗੇ ਵਧਣ ਦੀ ਗੱਲ ਕਰਾਂਗੇ MP ਕੰਗਣਾ ਰਣੌਤ ਦੀ ਅਤੇ ਇਸ ਵਿਚਾਲੇ ਬਹਿਬਲ ਕਲਾ ਇਨਸਾਫ ਮੋਰਚਾ ਅਤੇ ਜਿਹਨਾਂ ਦੇ ਵੱਲੋਂ ਲਾਇਆ ਗਿਆ ਸੀ ਸੁਖਰਾਜ ਸਿੰਘ ਦੇ ਨੂੰ NIA ਦੇ ਵੱਲੋਂ ਤਲਬ ਕੀਤਾ ਗਿਆ ਹੈ। ਸਾਡੇ ਨਾਲ ਸੁਖਰਾਜ ਸਿੰਘ ਨੇ। ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ 'ਤੇ। NIA ਦੇ ਵੱਲੋਂ ਤੁਹਾਨੂੰ ਸੰਮਨ ਭੇਜਿਆ ਗਿਆ, ਸਰ ਕੀ ਕੁਝ ਜ਼ਿਕਰ ਇਸ ਸੰਮਨ 'ਚ? ਦੇਖੋ, ਸੰਮਨ ਭੇਜਿਆ ਗਿਆ ਕਿਸੇ ਕੇਸ ਦੇ ਲਈ, ਐਜ਼ ਏ ਜਿਵੇਂ ਆਪਾਂ ਨੂੰ ਬੁਲਾ ਸਕਦੀ ਆ ਪੁਲਿਸ, ਸੰਮਨ ਕਰਕੇ ਬੁਲਾਉਂਦੀ ਆ, ਉਸ ਦੇ ਰਿਲੇਟਡ ਪਰ ਕੇਸ ਦੀ ਕੋਈ ਜਾਣਕਾਰੀ ਨਹੀਂ ਆਈ ਆ। ਸੋ ਸਾਨੂੰ ਇਸ ਚੀਜ਼ ਨਾਲ ਕੋਈ ਉਹ ਨਹੀਂ ਹੈਗਾ ਦਾ, ਅਸੀਂ ਕੋਈ ਗਲਤ ਨਹੀਂ ਕੀਤਾ ਪੰਜਾਬ ਦੇ ਵਿੱਚ, ਅਸੀਂ ਆਪਣੇ ਇਨਸਾਫ਼ ਨੂੰ ਲੈ ਕੇ ਜਿਹੜੀ ਗੱਲ ਕਰ ਰਹੇ ਹਾਂ। ਬਹਿਬਲ ਕਲਾਂ ਦੇ ਵਿੱਚ ਜੇ ਗੱਲ ਕਰੀਏ, ਮੇਰੇ ਪਿਤਾ ਜੀ ਦੀ ਜਾਨ ਗਈ ਆ, ਬੇਅਦਬੀਆਂ ਦੇ ਰਿਲੇਟਡ ਜਿਹੜਾ ਇਸ਼ੂ ਚੱਲ ਰਿਹਾ ਉਹਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਤਾਂ ਅਸੀਂ ਜਾ ਕੇ ਜਿਹੜੀ ਉੱਥੇ ਜਾਏ ਤੋਂ ਪਤਾ ਲੱਗਣਾ ਵੀ ਕਿਹੜਾ ਕੇਸ ਆ, ਕੀ ਹਿਸਾਬ ਕਿਤਾਬ ਆ, ਤਾਂ ਉੱਥੇ ਜਾ ਕੇ ਅਸੀਂ ਜਿਹੜੀ ਗੱਲਬਾਤ ਆਪਣੀ ਰੱਖਾਂਗੇ, ਵੀ ਜੋ ਸਵਾਲ ਜਵਾਬ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ। ਆ ਤੁਹਾਨੂੰ ਸੰਮਨ ਕਦੋਂ ਮਿਲਿਆ ਸੁਖਰਾਜ ਜੀ? ਮੈਨੂੰ ਕੱਲ ਮਿਲਿਆ ਜੀ। ਤੇ ਤੁਸੀਂ ਪੇਸ਼ ਹੋਗੇ 19 ਸਪਟੈਂਬਰ ਨੂੰ? ਹਾਂਜੀ, ਜਾਵਾਂਗੇ ਜੀ। ਅਸੀਂ ਅਸੀਂ ਕਿਹੜਾ ਕੋਈ ਇਹਦੇ ਵਿੱਚ ਕੋਈ ਕ੍ਰਾਈਮ ਕੀਤਾ ਜਾਂ ਕੋਈ ਅਸੀਂ ਗਲਤ ਕਰ ਰਹੇ ਹਾਂ, ਅਸੀਂ ਤਾਂ ਪੰਜਾਬ ਦੀ ਆਵਾਜ਼ ਚੱਕ ਰਹੇ ਹਾਂ, ਜਾਂ ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰਦੇ ਹਾਂ ਜਾਂ ਬੇਅਦਬੀ ਦੇ ਇਸ਼ੂ ਦੇ ਉੱਤੇ ਗੱਲ ਕਰਦੇ ਹਾਂ, ਇਹਦੇ 'ਚ ਕੋਈ ਦੋ ਰਾਹ ਹੀ ਨਹੀਂ ਹੈਗੀਆਂ, ਬਈ ਨਾ ਜਾਣ ਵਾਲੀ ਤਾਂ ਗੱਲ ਹੀ ਨਹੀਂ। ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ NIA ਦੇ ਵੱਲੋਂ ਸਮਨ ਕਿਉਂ ਭੇਜਿਆ ਗਿਆ ਹੈ? ਦੇਖੋ, ਉਹਨਾਂ ਦੀ ਆਪਦੀ ਸੋਚ ਆ ਜੀ, ਕਰ ਰਹੇ ਆ। ਵੈਸੇ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ, ਤੇ ਜੋ ਕੋਈ ਪੰਜਾਬ ਦੀ ਗੱਲ ਕਰ ਰਿਹਾ ਜਾਂ ਕੋਈ ਇਸ਼ੂ ਚੱਕਦਾ, ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈਆਂ ਹੁੰਦੀਆਂ ਰਹਿੰਦੀਆਂ, ਕੋਈ ਵੱਡੀ ਗੱਲ ਨਹੀਂ ਹੈ, ਅਸੀਂ ਜਾਵਾਂਗੇ ਆਪਣੀ ਗੱਲਬਾਤ ਹੈ ਜਿਹੜੀ ਉੱਥੇ ਰੱਖਾਂਗੇ। ਸੁਖਰਾਜ ਸਿੰਘ ਜੀ, ਹਾਲ ਹੀ 'ਚ ਅਸੀਂ ਗੱਲ ਕਰੀ ਤੇ NIA ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਤਮਾਮ ਜੋ ਸਾਥੀ ਨੇ ਉਹਨਾਂ ਦੇ ਘਰ ਵੀ ਰੇਡ ਕੀਤੀ ਗਈ ਸੀ। ਪਿੱਛੇ ਜੇ ਹੋਈਆਂ ਸੀ 4 ਦਿਨ ਪਹਿਲਾਂ। ਹਾਂਜੀ ਜੀ।
ਇਨਸਾਫ ਮੋਰਚਾ ਲਗਾਇਆ ਗਿਆ, ਗਲਤ ਉਹਨਾਂ ਦੇ ਵੱਲੋਂ ਕੁਛ ਵੀ ਨਹੀਂ ਕੀਤਾ ਗਿਆ, ਹਾਲਾਂਕਿ ਇਨਸਾਫ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ।